ਇਹ ਫੁਲਕਾਰੀ ਮੇਰੀ ਮਾਂ ਨੇ ਕੱਢੀ ਹੈ, ਇਸ ਨੂੰ ਮੈਂ ਘੁੱਟ ਘੁੱਟ ਜੁੱਫੀਆਂ ਪਾਵਾਂ। ਫੁਲਕਾਰੀ ਇੱਕ ਇਹੋ ਜਿਹਾ ਦੁਪੱਟਾ ਕਹਿ ਲਓ, ਦੁਪੱਟੇ ਦਾ ਫੋਰਮ ਹੈ ਜਿਹੜੀ ਸਾਡੇ ਪੰਜਾਬ ਵਿੱਚ ਹਰ ਸ਼ਗਨ ਦੇ ਮੌਕੇ ਤੇ ਬਹੁਤ ਇੰਪੋਰਟੈਂਟ ਹੈ। ਇਹ ਬੇਸਿਕਲੀ ਮੋਰ ਪ੍ਰੈਵਲੈਂਟ ਮਾਲਵਾ ਰੀਜਨ ਮੇ ਹੈ। ਸਾਡੇ ਪੰਜਾਬ ਵਿੱਚ ਦੋ ਵਾਰ ਫੁਲਕਾਰੀ ਦਿੱਤੀ ਜਾਂਦੀ ਆ। ਜਦੋਂ ਬੇਟੀ ਦਾ ਜਨਮ ਹੁੰਦਾ ਆ ਤੇ ਦਾਦੀ ਤੇ ਉਹਦੀ ਮਾਂ ਪਹਿਲਾਂ ਤੋਂ ਹੀ ਕੱਢਣੀ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਆਪਣੀ ਬੇਟੀ ਨੂੰ ਦੇਣੀ ਆ ਗਿਫਟ ਦੇ ਤੌਰ ਤੇ ਕਿ ਇਹਨੇ ਆਪਣਾ ਵੰਸ਼ ਚਲਾਉਣਾ ਆ। ਇੱਕ ਵਾਰੀ ਉਹਦੀ ਸਾਸੂ ਮਾਂ ਦਿੰਦੀ ਆ ਉਹ ਕੁੜੀ ਨੂੰ ਚੜਾ ਕੇ ਫੁਲਕਾਰੀ ਤੇ ਫਿਰ ਦੱਸ ਦਿੰਦੇ ਆ ਕਿ ਇਹ ਹੁਣ ਸਾਡੀ ਨੂੰਹ ਬਣ ਚੁੱਕੀ ਆ। 1993 ਚ ਮੇਰਾ ਵਿਆਹ ਹੋਇਆ ਤੇ ਮੇਰੀ ਸੱਸ ਨੇ ਮੈਨੂੰ ਫੁਲਕਾਰੀ ਦਿੱਤੀ ਤੇ ਜਦੋਂ ਬਾਹਰ ਜਾਂਦੀ ਸੀ ਤੇ ਮੇਰੀ ਸੱਸ ਹੋਰ ਕੋਈ ਚੁੰਨੀ ਨਹੀਂ ਸੀ ਲੈਣ ਦਿੰਦੀ। ਇੱਕ ਇੱਕ ਦੋੜਣਾ ਕਹਿੰਦੇ ਉਹਨੂੰ, ਉੱਤੋਂ ਦੀ ਉਹ ਵੀ ਮੇਰੀ ਸੱਸ ਨੇ ਮੈਨੂੰ ਪਾਇਆ ਸੀ। ਜਦੋਂ ਵੀ ਮੈਂ ਬਾਹਰ ਜਾਣਾ ਪੂਰਾ ਇਹ ਬਦਨ ਢੱਕ ਕੇ ਝੁੰਡ ਕੱਢ ਕੇ ਤੇ ਫਿਰ ਬਾਹਰ ਜਾਂਦੀ ਹੁੰਦੀ ਸੀਗੀ। ਮੈਂ ਕਦੇ ਆਪਣੀ ਦਾਦੀ ਸੇ ਨਹੀਂ ਮਿਲੀ, ਪਰ ਉਨਕੀ ਜੋ ਫੁਲਕਾਰੀ ਹੈ ਵੋ ਮੇਰੇ ਪਾਸ ਆਜ ਤੱਕ ਹੈ, ਵਿਚ ਇਜ਼ ਅ ਬਿਊਟੀਫੁਲ ਪੀਸ। ਵੋ ਟੂਲ ਕੀ ਫੁਲਕਾਰੀ ਹੈ। ਫਾਰ ਅਸ ਪੰਜਾਬੀਸ ਆਈ ਥਿੰਕ ਫੁਲਕਾਰੀ ਇਜ਼ ਅ ਸੈਂਟੀਮੈਂਟ, ਇਟ ਇਜ਼ ਦੈਟ ਕਲੋਸ ਟੂ ਆਰ ਹਾਰਟ ਐਂਡ ਦੈਟ ਇਜ਼ ਹਾਊ ਪ੍ਰੈਸ਼ੀਅਸ ਦ ਫੁਲਕਾਰੀ ਦੁਪੱਟਾਜ਼ ਆਰ ਇਨ ਆਰ ਵਾਰਡਰੋਬ।